ਹਾਂਜੀ ਮਿੱਤਰ ਪਿਆਰਿਓ, ਸਤਿ ਸ੍ਰੀ ਅਕਾਲ ਸਰ ਨੂੰ, ਸਤਿ ਸ੍ਰੀ ਅਕਾਲ। ਅੱਜ ਫਿਰ ਬੜੇ ਲੰਮੇ ਅਰਸੇ ਬਾਅਦ ਉਹੀ ਤਿੱਕੜੀ ਤੁਹਾਡੇ ਸਾਹਮਣੇ ਫਿਰ ਪੇਸ਼ ਹੈ। ਮੈਂ ਪਰਵੇਜ ਵਾਲੀ ਤਿੱਕੜੀ ਰਹਿ ਗਈ। ਬਹੁਤ ਚਿਰਾਂ ਬਾਅਦ ਮੂਡ ਬਣਿਆ ਜੀ ਵੀ ਜਾ ਕੇ ਅਸੀਂ ਟਿਮ ਤੇ ਉਹ ਪੀ ਕਹਿੰਦੇ ਹਾਂ, ਕਿਹੜੀ ਕੌਫੀ ਆ ਉਹ? ਫਰੈਂਚ ਵਨੀਲਾ। 2 ਮਹੀਨੇ ਵਾਂਗੂ ਹੋ ਗਏ ਪੀਤੀ ਨੀ ਹੈਗੀ, ਜਾ ਕੇ ਪੀ ਕਹਿੰਦੇ। ਤੇ ਬਰਫ਼ ਪੈ ਗਈ ਬਹੁਤ ਜ਼ਿਆਦਾ, ਤੁਹਾਨੂੰ ਦੇਖਿਆ ਹੋਣਾ ਦ੍ਰਿਸ਼ ਆਪਾਂ। ਨਜ਼ਾਰਾ ਤਾਂ ਬਹੁਤ ਘੈਂਟ ਹੈ ਵੈਸੇ, ਪਰ ਕੰਮ ਠੱਪ ਹੈ। ਹਾਂਜੀ ਚਲੋ ਚਲੋ ਬਾਈ, ਡੰਡੀ ਬਣਾ ਦੂ ਕਰਾਂ ਮੈਂ ਵੀ ਆਉਣਾ। ਬਸ ਫਿਰ ਬਣ ਗਈ ਡੰਡੀ ਬਾਬੇ। ਉਹ ਬਹੁਤ ਬਰਫ਼ ਪੈ ਗਈ ਦੇਖੋ, ਮਹੀਨਾ ਕੁ ਪਹਿਲਾਂ ਪਈ ਤੀ, ਉਦੋਂ ਘੱਟ ਸੀ। ਉਹ ਤਾਂ ਮਾੜੀ ਮੋਟੀ ਹਲਕੀ ਫੁਲਕੀ ਦਲ 2-2 ਇੰਚ ਦੇ ਗਈ, ਤੇ ਹੁਣ ਦੇਖੋ ਆਹ ਦੇਖੋ ਮਿੱਤਰੋ, ਸਾਰੇ ਚਿੱਟਾ 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 ਚਿੱਟਾ। ਹਾਏ 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 ਹਾਏ, ਆਹ ਗੱਡੀਆਂ ਤੜਕੀ ਛੇੜ ਲਿਆ, ਕਹਿੰਦੇ ਕੰਮ ਤੇ ਜਾਵਾਂਗੇ। ਗੱਡੀਆਂ ਸਲਿੱਪ ਮਾਰ ਗਿਆ, ਇੰਨੀ ਖਿੱਚਲਾ ਕਰੀ, ਖਪਾਈ ਕਰੀ, ਮਰਿਆ ਅੱਗੇ ਪਿੱਛੇ ਕਰ ਬੁਰਾ ਹੀਲਾ। ਆਹ ਦੇਖੋ ਕਿਉਂ ਦੱਬਤਾ, ਉਹ ਚ ਬਰਫ਼ 'ਚ ਦੱਬਤਾ, ਚੌੜ ਕਰ ਦੇਣਾ ਬਰਫ਼ 'ਚ ਦੱਬਤਾ। ਉਹ ਆ ਗਿਆ ਪਟਵਾਰੀ, ਉਹ ਪਟਵਾਰੀ ਆ ਗਿਆ ਓਏ, ਉਹ ਆਉਂਦਾ ਪਟਵਾਰੀ, ਪਟਵਾਰੀ ਓ ਪਟਵਾਰੀ, ਆਏ ਹਾਏ ਹਾਏ ਕਿਵੇਂ ਐ ਬਾਬੇ? ਕਿੱਥੇ ਤਾਂ ਕਿੱਥੇ ਆ ਗਿਆ, ਸੋਹਣਾ ਤਾਂ ਹੈਗਾ, ਦੇਖ ਵੀ ਲਿਆ, ਚਿੱਟੀਆਂ ਚਾਦਰਾਂ ਵਿਛੇ ਪਈਆਂ ਦੇਖੋ, ਬੁਰਾ ਹੀਲਾ। ਗੱਡੀਆਂ ਵੱਡੀਆਂ ਗੱਡੀਆਂ 4x4 ਪਿੱਕੇ ਤਾਂ ਚੱਲਦੇ ਨੇ, ਛੋਟੀਆਂ ਦੀ ਆਵਾਜ਼ ਨਹੀਂ ਆ ਦੇਖੋ ਬਾਬੇ। ਠੰਡ ਲੱਗੀ ਬਾਈ, ਮੈਂ ਤਾਂ ਦੁਬਾਰੇ ਜਾ ਕੇ ਨਾਲ ਤਾਂ ਗਲਵਜ਼ ਚੱਕ ਕੇ ਲਿਆ, ਨਾਲੇ ਲੈ ਕੇ ਆਏ ਮਫਲਰ। ਆਹ 2 ਵੀਰ ਵੈਸ਼ਨੂ ਨੇ, ਇਹ ਤਾਂ ਪੀ ਕਣਗੇ ਚਾਹ, ਮੈਂ ਜਾਊਂ ਬਾਈ ਠੇਕੇ, ਸਿੱਧੀ ਜੀ ਗੱਲ ਆ, ਕੋਈ ਝੂਠ ਨਹੀਂ ਹੈਗਾ ਭਰਾ, ਕਿਉਂ ਤੁਹਾਡੇ ਕੋਲ ਝੂਠ ਬੋਲੀਏ? 2 ਮਹੀਨੇ ਹੋ ਗਏ ਬਾਈ ਪੈਗ ਨਹੀਂ ਲਾ ਕੇ ਦੇਖਿਆ, ਹੁਣ ਲਾਈਏ ਮਾੜਾ ਮੋਟਾ, 4 ਦਿਨ ਛੁੱਟੀ ਆ, ਕੋਈ ਭੈਣ ਦੀ ਡਾਂਗ ਲਵੇ ਤਾਂ ਚੱਲਦਾ ਕੋਈ ਰਾੜਾ ਵੀਰ। 2 ਮੋਟੇ ਜੇ ਲਾ ਕੇ ਆਪਦੇ ਪੈ ਜਾਂਗੇ ਖਾ ਕੇ ਰੋਟੀ। ਗੱਡੀਆਂ ਚੱਲਦੀਆਂ ਨੇ ਬਾਬੇ, ਵਿੱਚ ਤੱਕ 4x4 ਚੱਲ ਰਹੀਆਂ ਨੇ, ਇਹਨਾਂ ਨੂੰ ਕੋਈ ਦਿੱਕਤ ਨਹੀਂ ਹੈ ਨਾ, ਟੱਪ ਟੱਪ ਜਾਂਦੇ ਨੇ ਤਾਂ, ਬਰਫ਼ ਤਾਰਨ ਮਾੜੇ ਪਏ ਨੇ ਵਿੱਚ। ਹੱਥ ਸੁੰਨ ਹੋ ਗਿਆ ਉਹ ਬਾਬੇ, ਆਹ ਹੀਲਾ ਬਾਈ, ਐਂ ਲੱਗ ਗਈ ਸਲਿੱਪ ਮਾਰਨ। ਆਹ ਖੜੀਆਂ ਨੇ ਬਾਬੇ ਬੁਲਾਡਾ ਡਿਪੂ ਤੇ ਸੰਗਰੂਰ ਡਿਪੂ। ਹਾਂ ਆਹ ਖੜੀਆਂ ਨੇ ਬੱਸਾਂ ਸਾਈਡ ਤੇ ਲਾਈਆਂ, 128 ਸਟਰੀਟ ਇਹ ਨਹੀਂ ਚੱਲਦੀਆਂ, ਧੱਕਾ ਹੁਣ ਵਾਲੇ ਗੱਡੀਆਂ ਲਿਆਈ ਜਾਂਦੇ ਨੇ ਕਰ ਕਰਕੇ ਸਾਫ, ਜਦੋਂ ਮਾੜੀ ਚੜ੍ਹਾਈ ਹੁੰਦੀ ਆ, ਮੋੜ ਘੋੜ ਹੁੰਦਾ, ਉੱਥੇ ਆ ਕੇ ਸਲਿੱਪ ਲੱਗਦੀ ਨੇ ਮਾਰਨ, ਉਹ ਮੋੜ ਅਜੇ ਪਿੱਛੇ ਰਹਿ ਗਿਆ। ਆਹ ਗੱਡੀ ਅੜ ਗਈ ਧੱਕਾ ਲਾ ਕੇ ਨੂੰ ਫਿਰ ਜਾਈ। ਬਾਈ ਕਿਵੇਂ ਫੀਲ ਹੋ ਰਿਹਾ, ਸਹੀ ਦੱਸੀ? ਬਰਫ਼ ਪੈਂਦੀ ਸੁਣੀ ਤੀ ਆਪਾਂ ਨੇ, ਹਨਾ ਪਹਿਲੀ ਵਾਰ ਦੇਖੀ ਮੈਂ ਤਾਂ, ਮੈਂ ਵੀ ਆਪਦੀ ਜ਼ਿੰਦਗੀ ਚ ਪਹਿਲੀ ਵਾਰ ਦੇਖੀ ਆ। ਕਿਵੇਂ ਲੱਗ ਰਿਹਾ, ਕਿਵੇਂ ਲੱਗ ਰਿਹਾ, ਗੱਡੀਆਂ ਫਸਦੀਆਂ ਨੂੰ ਕੱਢਦੀਆਂ ਨੇ, ਕਿਵੇਂ ਲੱਗ ਰਿਹਾ ਤੁਹਾਨੂੰ? ਬਾਬੇ ਪਹੁੰਚ ਗਏ ਆਪਾਂ ਤੁਰਦੇ ਤੁਰਦੇ 96 ਐਵੇਨਿਊ ਤੇ, ਇੱਥੇ ਆ ਸਾਰਾ ਕੁਛ ਦੇਖੋ ਮਾਹੌਲ। ਅੱਛਾ ਬਹੁਤ ਫਰਕ ਆ ਫਿਰ, ਆ ਸਫਾਈ ਦਾ ਕੰਮ ਚੱਲ ਰਿਹਾ ਬਾਬੇ ਵਿੱਚ, ਇਹ ਯੰਤਰ ਚਲੇ ਫਿਰਦੇ ਨੇ ਮਸ਼ੀਨਾਂ ਜਿਹੜੀਆਂ ਛੋਟੀਆਂ ਛੋਟੀਆਂ।
ਦੇਖੀ ਦੇਖੀ ਸਾਈਡ ਹੋ ਜਾ ਸਾਈਡ ਹੋ ਜਾ ਆਹ ਜੰਗਾਲ ਹੈ ਪੰਜਾਬੀ ਡਰਾਈਵਰ ਹੈ ਪੰਜਾਬੀ ਉਹਦੇ ਕਿਆ ਪਾਰਖੇ ਨੇ ਪੁੱਛੇ ਸ਼ਿਕਾਰ ਕੀ ਰੇਕੜ ਤੇਰੇ ਯਾਰ ਨੇ ਬੱਲਾ 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 ਠੰਡ ਘੱਟ ਹੈ ਨਾ ਠੰਡ ਨਹੀਂ ਇੰਨੀ ਹੈਗੀ ਨਾ ਹੱਥਾਂ ਨੂੰ ਲੱਗਦੀ ਮੈਨੂੰ ਵਧੀਆ ਨੱਕ ਨੁੱਕ ਜਾਣ ਲੱਗਦੇ ਬਸ ਹੋਰ ਨਹੀਂ ਤੂੰ ਪੰਗੇ ਨਾਲ ਹੈ ਤੈਨੂੰ ਜਦੋਂ ਪਤਾ ਨਹੀਂ ਕੱਪ ਦਾ ਫਰਕ ਹੈਗਾ ਚੱਲ ਦੇਖੋ ਖਾਣ ਨੂੰ ਕੀ ਫੜੋਗੇ ਭਾਈ ਹੈ ਖਾਣ ਨੂੰ ਕੋਈ ਚਿਪਸ ਵਗੈਰਾ ਆਹ ਲੈਣਾ ਕੁਛ ਦੇਖੋ ਜੀ ਕੋਈ ਆਈਟਮ ਲੈਣੀ ਆ ਹੈਂ ਵੈਰੀ ਗੁੱਡ ਸਰਦਾਰਾ ਨਹੀਂ ਰੀਸਾਂ ਤੇਰੀਆਂ ਚੀਅਰ ਬਚ ਗਈ ਬਚ ਗਈ ਬਚ ਗਈ ਚੱਲ ਇੱਕ ਹੋਰ ਕਰ ਲੈ ਫਿਰ ਮੈਂ ਵੀ ਪੀ ਲੈਂਦਾ ਫਿਰ ਲੱਗਦਾ ਹੱਥ ਹੈਂ ਉਹਨਾਂ ਦਾ ਕਹਿਣਾ ਅੱਜ ਅਸੀਂ ਕਾਫੀ ਪੀਤੀ ਮਿੱਠਾ ਠੂਕ ਕੇ ਰੱਖੀ ਐਕਸਟਰਾ ਪਾਏਗਾ ਉਹ ਕੋਈ ਨਾ ਕੋਈ ਸੜਕ ਵੀ ਆਪਣੀ ਕੱਢੀ ਗੱਲ ਯਾਰ ਬਾਬੇ ਕਾਫੀ ਕੂਫੀ ਲੈ ਲਈ ਇਹ ਤਾਂ ਤੁਹਾਨੂੰ ਮਖੌਲ ਕਰਦੇ ਆ ਦਾਰੂ ਦੂਰੂ ਤਾਂ ਬਾਬੇ ਮੂੰਹ ਮੁੜਿਆ ਪਿਆ ਹੁਣ ਕਾਹਨੂੰ ਚੰਗੇ ਪਾਸੇ ਲੱਗਾ ਕੀ ਫਾਇਦਾ ਬਥੇਰੇ ਸ਼ੁਗਲ ਮੇਲੇ ਕਰ ਲਏ ਬਥੇਰੀ ਖਾ ਪੀ ਲਈ ਬਥੇਰਾ ਜਲੂਸ ਕੱਢ ਲਿਆ ਲੜ ਵੀ ਪਏ ਲੋਕਾਂ ਨਾਲ ਗਾਲਾਂ ਗੂਲਾਂ ਕੱਢ ਲਈਆਂ ਉਸਮੇ ਰਾਜਾਮੰਦ ਵੀ ਹੋ ਗਿਆ ਪਤਾ ਕੀ ਚੱਲ ਕਾਨੂੰ ਇਹ ਪ੍ਰਾਈਵੇਸੀ ਦੱਸਿਆ ਕਰਦੇ ਮੈਨੂੰ ਇੱਥੇ ਹੁਣ ਉਹ ਲਾਣੇ ਪਊਗਾ ਟੀ ਲਾਣੀ ਪਊ ਕੱਟਣੀ ਪਊ ਗੱਲ ਯਾਰ ਐਡੀਆਂ ਪ੍ਰਾਈਵੇਸੀ ਲੀਕ ਨਿਕਲਿਆ ਕਰਦੇ ਅਤੇ ਕੌਫੀਆਂ ਨੇ ਬਾਬੇ ਬਸ ਕੌਫੀਆਂ 'ਤੇ ਰਹਿ ਗਏ ਹੁਣ ਤਾਂ ਅੱਜ ਪੀਤੇ ਵੀ 1.5-2 ਮਹੀਨੇ ਹੋ ਗਏ ਵੈਸੇ ਤਾਂ ਘਰ ਹੀ ਬਸ ਪੀਣ ਹਾਂ ਟਿਮਾ ਨਹੀਂ ਹੈਗਾ ਬਸ ਬਹੁਤਾ ਹੀ ਚੱਲ ਰਿਹਾ ਕੰਮ ਹੈ ਨਾ ਮਸਾਂ ਜੇ ਹਾਂ ਠੰਡ ਨੀ ਹੈਗੀ ਹੁਣ ਇੰਨੀ ਠੰਡ ਹੋਊਗੀ ਜਦੋਂ ਬਰਫ਼ ਪੈਣੋਂ ਹਟ ਗਈ ਦੋ ਦਿਨਾਂ ਬਾਅਦ ਮੀਂਹ ਤੋਂ ਬਾਅਦ ਹੋਊ ਨਾ ਮੀਂਹ ਚ ਵੀ ਨੀ ਹੁੰਦੀ ਠੰਡ ਇੰਨੀ ਜੋ ਤੁਸੀਂ ਗੱਡੀ ਨਹੀਂ ਲੱਗਦੇ ਕਰਨਾ ਸਟਾਰਟ ਕਰ ਲੱਗਦੇ ਬਰਫ਼ ਪਰਾ ਕਰਨਾ ਕਰਦੇ ਮੈਂ ਦਿੱਲੀ ਵਾਲੇ ਮਿੱਤਰ ਨੂੰ ਕਿਸੇ ਨੇ ਵੀਡੀਓ ਭੇਜਤੀ ਬਰਫ਼ ਦੀ ਸਾਰੀ ਦਰਖਤਾਂ ਦੂਰੋਂ ਘਿਰਦੀ ਉਹਨਾਂ ਤੁਸੀਂ ਜਾਂਦੇ ਕਹਿੰਦਾ ਬਾਈ ਕਿੰਨਾ ਘੈਂਟ ਮੌਸਮ ਯਾਰ ਕਹਿੰਦਾ ਜੀ ਕਰਦਾ ਕਹਿੰਦਾ ਬਾਈ ਓਏ ਮਾਂ ਬਾਈ ਇਹ ਸੋਹਣੇ ਲੱਗਦਾ ਗਾ ਸਾਡੀ ਅੱਜ ਦਿਹਾੜੀ ਮਰੀ ਆ 150 ਸਾਨੂੰ ਪਤਾ ਹੈਗਾ ਉਹ ਦੇਖ ਮੈਂ ਖੱਜਲ ਖੁਆਰੀ ਹੋ ਰਹੀ ਆ ਮਹਾਂ ਕਹਿੰਦਾ ਉਹ ਤੋਂ ਬਾਅਦ ਸਹੀ ਹੈ ਕਹਿੰਦਾ ਬਾਈ ਉਹਦਾ ਬੜਾ ਦਿਲ ਉਹਦਾ ਸਹੁੰ ਲੱਗੋ ਕਹਿੰਦਾ ਬਾਈ ਕਹਿੰਦੇ ਜਮੀ ਸਾਬਰ ਨੀ ਹੈਗਾ ਲੋਕਾਂ ਚ ਬਰਫ਼ ਪੈ ਰਹੀ ਮੁੰਡਾ ਸਮਾਈ ਨਾਲ ਚੱਲ ਪੋ ਲਾਰਮ ਤੇ ਲਾਰਮ ਮਰੀ ਜਾਣਗੇ ਭੈਣ ਦੀ ਲੱਕੜਾਂ ਲੈਣੇ ਹੈ ਇਹ ਨੀ ਚੜਦਾ ਹੈਗਾ ਆ ਚੜੂਗਾ ਆ ਚੜ ਮੈਂ ਬਣਾ ਲਈ ਦੁਪਹਿਰੇ ਰੀਲ ਤੜਕੀ ਬਣਾ ਲਈ ਉਦੋਂ ਮੈਂ ਚੱਲ ਟਿੱਬਾ ਲਾਤਾ ਇਕੱਠੀ ਕਰਤੀ ਬਾਈ ਇਹ ਚ ਵੀ ਕਮਾਈ ਫੁੱਲ ਦੱਸਦੇ ਨੇ ਹਨਾ ਕਹਿੰਦੇ ਫੁੱਲ ਕਮਾਈ ਡਾਲਰ ਘੰਟੇ ਦੇ ਨੇ ਅੱਜ ਆਏ ਤਾਂ ਹੈਗੇ ਓਫਰ ਗਿਫਟ ਨੀ ਕਰਦੀ ਹੁਣ ਕਹਿੰਦਾ ਭਾਈ ਜਾਣਾ ਕਹਿੰਦਾ ਮੈਂ ਛੱਡ ਪਰਾਂ ਭੈਣ ਦੀ ਡਾਂਗ ਲਵੇ ਕਾਹਦੇ ਵਾਸਤੇ
ਦੋ ਦਿਨ ਕੁਛ ਦਿਨ ਰੈਸਟ ਕਰ ਲੈਂਦੇ ਹਾਂ, ਇੰਨੇ ਪੈਸਿਆਂ ਦਾ ਕੀ ਕਰਾਂਗੇ ਬਾਈ, ਐਡਾ ਵੱਡਾ 50 ਕਿਲੋ ਵਾਲਾ ਰੇਹਦਾ ਤੇਲਾ। ਸਹੀ ਗੱਲ ਆ, ਮੈਂ ਫਿਰ ਆਏ ਨੀ ਪਤਾ ਵੀ ਟੇਸਟ ਕਿਵੇਂ ਹੋਊ, ਉਹਨੇ ਚੱਕ ਲੈਂਦੇ ਯਾਰ, ਟੇਸਟ ਤਾਂ ਨਹੀਂ ਪਤਾ ਹੈਗਾ। ਸੇਬ ਵੀ ਲੈ ਲਿਆ ਬਾਬਿਓ, ਇਹ ਆਪਣੇ ਹਿਮਾਚਲ ਵਾਲੇ ਨੇ ਹੈਗੇ, ਹਿਮਾਚਲ ਵਾਲੇ ਨੇ ਇਹ, ਕਸ਼ਮੀਰ ਵਾਲੇ, ਕਸ਼ਮੀਰੀ ਠੀਕ ਆ। ਬਲਦੇਵ ਛਾਂਟ ਲੈ ਗਈ, ਛਾਂਟੇਗਾ ਉਹ ਕਿਹੜਾ ਚੱਕਣਾ, ਚੱਕ ਚੱਕ ਅੰਗੂਰਾਂ ਦਾ ਗ੍ਰੇਪਸ ਹੈ, ਆਹ ਠੀਕ ਹੈ। ਅਨਾਰ ਦਾ ਆਹ ਕੀ ਹੈਗਾ, ਨਾਸਪਤੀਆਂ, ਨਾਸਪਤੀਆਂ ਦਾ ਆ ਗਿਆ, ਠੀਕ ਆ ਠੀਕ ਹੈ। ਆਹ ਵਧੀਆ ਨੇ, ਘੈਂਟ ਨੇ ਬਾਬੇ। ਉਹ ਕੁੱਲ ਮਿਲਾ ਕੇ ਆਪਣੀ ਖਰੀਦੋ ਫੋਕਤ ਹੋ ਗਈ, ਆ ਸ਼ੋਪਿੰਗ ਲਾ ਲਓ, ਖਰੀਦੋ ਫੋਕਤ ਹੋ ਗਈ। ਬਸ ਲਟਰ ਪਟਰ ਸਮਾਨ ਸਮੂਨ ਜਿਹਾ ਲੈ ਲਿਆ ਅਤੇ ਹੁਣ ਘਰੇ ਚੱਲੀਏ, ਆਟਾ ਉੱਟਾ ਗੁੰਨੀਏ, ਰੋਟੀ ਰੂਟੀ ਪਕਾਈਏ ਅਤੇ ਖਾਈਏ, ਅਤੇ ਸਵੇਰ ਦੀਆਂ ਲਾ ਕੇ ਰੱਖੀਏ। ਕਿਉਂ ਸਾਹਿਬ ਸਿੰਘ, ਕੰਮ ਤਾਂ ਖੇਡ ਕਿਹੜਾ ਜਾਣਾ ਪਊ, ਮੈਨੂੰ ਢੰਗ ਲੱਗਦਾ ਕਿਤੇ ਪਤਾ ਕੋਈ, ਮਤਲਬ ਕਿ ਫਿਰ ਕਹਿੰਦੇ ਚੱਲ ਬਾਈ ਉੱਠ ਕੇ ਤਿਆਰ ਰਹੀ ਮੁੰਡੇ ਆ ਜਾ, ਜਦੋਂ ਉੱਥੇ ਪਹੁੰਚੂ ਫਿਰ ਕਹਿਣਗੇ ਵੀਰੇ ਬੰਦ ਹੈ ਵਗ ਚੋ, ਪਕਾਈ ਹੋਊਗੀ ਉਹਨੂੰ ਪਤਾ ਹੈ। ਅਤੇ ਫਿਲਹਾਲ ਆਹੀ ਕੁਛ ਹੈ ਬਸ ਜ਼ਿੰਦਗੀ ਦੇ ਰੁਝੇਵੇਂ, ਨਹਾ ਕੇ ਸੋ ਜਾਂਦੇ ਹਾਂ ਕੰਮ ਤੋਂ ਆ ਕੇ, ਅਤੇ ਉੱਠ ਸਵੇਰੇ ਉੱਠ ਕੇ ਮੂੰਹ ਧੋ ਕੇ ਫਿਰ ਭੱਜ ਜਾਂਦੇ ਹਾਂ ਗੇ। ਵਾਹ ਜਿਹਾ ਸੁਣਿਆ ਕਰਦੇ ਵੀ ਬਾਈ ਗੱਲਾਂ ਦੋ ਨੇ, ਕੰਮ ਤੇ ਅਮਰੋ, ਕੰਮ ਤੋਂ ਕੰਮ ਤੇ ਕੰਮ ਤੀ, ਬਸ ਕੰਮ ਤੋਂ ਘਰੇ ਘਰ ਤੋਂ। ਹਾਂ ਠੀਕ ਹੈ ਬਾਬਿਓ, ਖੁਸ਼ ਰਹੋ, ਨਜ਼ਾਰੇ ਲਓ, ਠੰਡ ਪੈ ਰਹੀ ਹੈ, ਠੰਡ ਪੈ ਰਹੀ ਹੈ, ਸਭ ਦਾ ਭਲਾ।